ਕਈ ਵਾਰ ਨਾ ਖਾਣ ਪੀਣ ਵਾਲੇ ਬ੍ਰਾਂਡ ਕੋਈ ਸਕੀਮ ਚਲਾਉਂਦੇ ਨੇ ਜਿਸ ਦੇ ਵਿੱਚ ਕਿਸ 'ਚੋਂ ਕੋਈ ਚਮਚਾ ਨਿਕਲ ਜਾਂਦਾ ਹੈ, ਕਿਸ 'ਚੋਂ ਕੋਈ ਗਲਾਸ ਜਾਂ ਇਸੇ ਤਰੀਕੇ ਦੀਆਂ ਚੀਜ਼ਾਂ, ਪਰ ਕਦੇ ਤੁਸੀਂ ਨਿਊਡਲਸ ਦੇ ਵਿੱਚੋਂ ਕਰੋੜਾਂ ਦਾ ਸੋਨਾ ਨਿਕਲਦੇ ਦੇਖਿਆ? ਇਹ ਕਿਸੇ ਬ੍ਰਾਂਡ ਨੇ ਤਾਂ ਨਹੀਂ ਦਿੱਤਾ, ਪਰ ਤਸਕਰਾਂ ਦੀ ਕਾਰਗਰੀ ਜ਼ਰੂਰ ਸਾਹਮਣੇ ਆਈ ਹੈ, ਜਿੱਥੇ ਕਿ ਮੁੰਬਈ ਦੇ ਏਅਰਪੋਰਟ ਦੇ ਉੱਤੇ ਇੱਕ ਜਨਾਬ ਐਸੇ ਹੀ ਨਿਊਡਲਾਂ ਦੇ ਪੈਕਟ ਦੇ ਵਿੱਚ ਹੀਰੇ ਲੈ ਕੇ ਜਾ ਰਹੇ ਸੀ, ਅਤੇ ਦੂਸਰੇ ਪਾਸੇ ਇੱਕ ਐਸਾ ਹੀ ਹੋਰ ਵਿਅਕਤੀ ਅੰਡਰਵੀਅਰ ਦੇ ਵਿੱਚ ਕਰੋੜਾਂ ਦਾ ਸੋਨਾ ਲੁਕੋਈ ਫਿਰਦਾ ਸੀ, ਜਿਸ ਨੂੰ ਕਿ ਹੁਣ ਕਸਟਮ ਵਿਭਾਗ ਨੇ ਕਾਬੂ ਕੀਤਾ। ਇਹਨਾਂ ਦੇ ਕੋਲੋਂ ਬਰਾਮਦਗੀ ਕੀਤੀ ਗਈ ਹੈ, ਜਿੱਥੇ ਕਿ ਸੋਨਾ 4 ਕਰੋੜ ਤੋਂ ਵੀ ਵੱਧ ਦੀ ਕੀਮਤ ਹੈ ਅਤੇ ਹੀਰੇ 2 ਕਰੋੜ ਤੋਂ ਵੱਧ ਦੇ ਨੇ। ਦਰਅਸਲ ਇੱਕ ਨਾਮੀ ਬ੍ਰਾਂਡ ਹੈ, ਜਿਸ ਤਰ੍ਹਾਂ ਮੈਗੀ ਦੇ ਇੰਸਟੈਂਟ ਨੂਡਲ ਖਾਂਦੇ ਹਾਂ, ਇੱਕ ਬ੍ਰਾਂਡ ਹੋਰ ਇਸੇ ਤਰੀਕੇ ਦੇ ਨਾਲ ਯੱਪੀ ਬ੍ਰਾਂਡ ਚੱਲਦਾ, ਉਸੇ ਬ੍ਰਾਂਡ ਦੀ ਤਰਜ਼ ਦੇ ਉੱਤੇ ਇੱਕ ਜੋ ਵੱਡਾ ਪੈਕਟ ਹੁੰਦਾ ਨੂਡਲਸ ਦਾ, ਉਸ ਦੇ ਵਿੱਚ ਹੀਰੇ ਲੁਕੋਏ ਹੋਏ ਸੀ, ਜੋ ਕਿ ਨੂਡਲਸ ਦੇ ਅੰਦਰ ਜੋ ਨੂਡਲ ਦੇ ਕੇਕ ਅੰਦਰ ਬਣੇ ਹੋਏ ਹੁੰਦੇ ਨੇ ਉਸਦੇ ਅੰਦਰ ਡਾਇਮੰਡ ਲੁਕੋ ਕੇ ਰੱਖੇ ਹੋਏ ਸੀ, ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਪਰ ਇਸ ਵਿਅਕਤੀ ਦੀ ਆਪਣੀ ਹੀ ਹਰਕਤਾਂ ਕਰਕੇ ਫਸ ਗਿਆ, ਕਿਉਂਕਿ ਬੜਾ ਸ਼ੱਕੀ ਵਰਤਾ ਕਰ ਰਿਹਾ ਸੀ। ਪਹਿਲਾਂ ਹੀ ਉਹਨਾਂ ਨੂੰ ਸ਼ੱਕ ਪੈ ਗਿਆ ਕਸਟਮ ਵਾਲਿਆਂ ਨੂੰ, ਜਦ ਦੇਖਿਆ ਕਿ ਇਹ ਬੰਦੇ 'ਚ ਕੁਝ ਤਾਂ ਗੜਬੜ ਲੱਗ ਰਹੀ ਹੈ। ਫਿਰ ਅੱਗੇ ਜਦ ਗਿਆ ਤਾਂ ਉੱਥੇ ਜਾ ਕੇ ਉਸ ਨੂੰ ਰੋਕਿਆ ਉਸਦੀ ਤਲਾਸ਼ੀ ਲਈ, ਤਾਂ ਜਨਾਬ ਨੂਡਲਸ ਦੇ ਪੈਕਟ ਦੇ ਵਿੱਚ ਹੀਰੇ ਲਈ ਫਿਰਦੇ ਸੀ, ਅਤੇ ਇਹ ਹੀਰੇ ਅੱਗੇ ਜਾ ਕੇ ਬੈਂਕਾਕ ਦੇ ਵਿੱਚ ਉਸਦੇ ਸਪਲਾਈ ਕਰ ਰਹੇ ਸੀ। ਹਾਲਾਂਕਿ ਜਦ ਸਖਤੀ ਨਾਲ ਪੁੱਛਗਿੱਛ ਕੀਤੀ ਹੈ ਤਾਂ ਪਤਾ ਲੱਗਿਆ ਕਿ ਇਹ ਬੰਦਾ ਤਾਂ ਕੇਵਲ ਅਤੇ ਕੇਵਲ ਇੱਕ ਸਿਰਫ ਡਿਲੀਵਰੀ ਪਰਸਨ ਸੀ, ਜਿਸ ਨੇ ਅੱਗੇ ਜਾ ਕੇ ਦੇਣੇ ਸੀ। ਅਸਲੀ ਨੈਕਸਸ ਤਾਂ ਪਿੱਛੇ ਕੋਈ ਹੋਰ ਲੋਕ ਚਲਾ ਰਹੇ ਨੇ, ਜੋ ਕਿ ਇੱਕ ਵੱਡਾ ਗਿਰੋਹ ਹੈ। ਹਾਲਾਂਕਿ ਸਭ ਬਾਰੇ ਖੁਲਾਸੇ ਹੋਣੇ ਅਜੇ ਬਾਕੀ ਨੇ, ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਆਖਿਰਕਾਰ ਇਹ ਹੀਰੇ ਆ ਕਿੱਥੋਂ ਰਹੇ ਨੇ, ਕਿ ਇਹ ਹੀਰੇ ਅਸਲੀ ਹੀਰੇ ਸੀ ਜਾਂ ਫਿਰ ਜੋ ਲੈਬੋਰੇਟਰੀ 'ਚ ਹੀਰੇ ਤਿਆਰ ਕੀਤੇ ਜਾ ਰਹੇ ਨੇ ਇਹ ਉਹ ਹੀਰੇ ਸੀ। ਦੂਸਰੇ ਪਾਸੇ ਗੱਲ ਕਰੀਏ ਜੋ ਅੰਡਰਵੀਅਰ ਦੇ ਵਿੱਚ ਸੋਨਾ ਲੁਕੋ ਕੇ ਲਿਆ ਰਹੇ ਸੀ, 4 ਲੋਕ ਇਸ ਮਾਮਲੇ ਦੇ ਵਿੱਚ ਕਾਬੂ ਕੀਤੇ ਗਏ ਨੇ, ਜਿੱਥੇ ਕਿ ਕਰੋੜਾਂ ਦਾ ਸੋਨਾ, 4 ਕਰੋੜ ਤੋਂ ਵੀ ਵੱਧ ਦੀ ਕੀਮਤ ਹੈ, ਇਹਨਾਂ ਨੂੰ ਫੜਿਆ ਗਿਆ। ਉੱਥੇ ਵੀ ਇਹੀ ਕੁਝ ਸਾਹਮਣੇ ਆਇਆ ਕਿ ਇਹ ਲੋਕ ਵੀ ਅੱਗੇ ਸਪਲਾਇਰ ਸੀ, ਜਾ ਕੇ ਦੇ ਕੇ ਆਉਂਦੇ ਸੀ, ਵਿੱਚੋਂ ਕੁਝ ਇਹਨੂੰ ਕਮਿਸ਼ਨ ਮਿਲਦੇ ਸੀ। ਵੱਡੇ ਗਿਰੋਹ ਚੱਲ ਰਹੇ ਨੇ ਜੋ ਕਿ ਇਸੇ ਤਰੀਕੇ ਦੇ ਨਾਲ ਏਅਰਪੋਰਟ ਦੇ ਉੱਤੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਭੇਜਦੇ ਨੇ, ਉਹੀ ਲੋਕ ਅੱਗੇ ਸਪਲਾਈ ਕਰ ਰਹੇ ਨੇ, ਅਤੇ ਕੁਝ ਆਪਣੇ ਪੈਸਿਆਂ ਦੀ ਕਮਿਸ਼ਨ ਦੇ ਬਦਲੇ ਆਪਣੀ ਇਸ ਤਰੀਕੇ ਦੇ ਨਾਲ ਜ਼ਿੰਦਗੀ ਵੀ ਖਤਰੇ 'ਚ ਪਾਉਂਦੇ ਨੇ ਅਤੇ ਅੱਗੇ ਆਪਣੀ ਸਾਖ ਵੀ ਖਤਰੇ 'ਚ ਪਾਉਂਦੇ ਨੇ, ਕਿਉਂਕਿ ਹੁਣ ਜਦ ਮਾਮਲਾ ਦਰਜ ਹੋਇਆ ਅੱਗੇ ਜਾ ਕੇ ਜੇਲ੍ਹ ਦੇ ਵਿੱਚ ਵੀ ਜਾਣਾ ਪੈਣਾ ਅਤੇ ਫਿਰ ਸਜ਼ਾ ਵੀ ਹੋਣੀ ਹੈ। ਇਸ ਲਈ ਹਮੇਸ਼ਾ ਸਾਵਧਾਨ ਰਹੋ, ਅਤੇ ਜੇਕਰ ਕੋਈ ਵੀ ਕਹਿੰਦਾ ਏਅਰਪੋਰਟ ਦੇ ਉੱਤੇ ਕਿ ਮੇਰੀ ਕੋਈ ਚੀਜ਼ ਹੈ ਇਸ ਨੂੰ ਲੈ ਕੇ ਤੁਸੀਂ ਕਿਤੇ ਆਪਣੇ ਨਾਲ ਚਲੇ ਜਾਓ, ਜਾਂ ਫਿਰ ਇੱਦਾਂ ਦੇ ਬਹਾਨਾ ਬਣਾਇਆ ਜਾ ਸਕਦਾ ਕਿ ਮੇਰੇ ਬੈਗ 'ਚ ਜਗ੍ਹਾ ਨਹੀਂ, ਤੁਸੀਂ ਮੇਰੇ ਆਹ ਵਾਲੀ ਚੀਜ਼ ਹੈ ਤੁਸੀਂ ਆਪਣੇ ਬੈਗ 'ਚ ਪਾ ਲਓ, ਕਦੇ ਨਾ ਪਾਓ, ਹਮੇਸ਼ਾ ਬਚ ਕੇ ਰਹੋ, ਕੁਝ ਵੀ ਹੋ ਸਕਦਾ, ਤਸਕਰ ਕਿਸੇ ਵੀ ਰੂਪ ਦੇ ਵਿੱਚ ਆ ਕੇ ਤੁਹਾਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਨੇ।